ਹੋਲੀ ਤਾਂ ਫਿਰ ਤੁਸੀਂ ਪੂਰਾ ਇੰਜੋਏ ਕਰ ਰਹੇ ਹੋ। ਅੱਜ ਦੇਖਦੇ ਹਾਂ ਆਪਾਂ ਹੋਰ ਅੱਗੇ ਸਾਡੇ ਨਾਲ ਬਾਈ ਜੀ ਬੈਠੇ ਹਨ, ਦੀਪ ਜੀ ਬੈਠੇ ਹਨ, ਵਿੱਕੀ ਜੀ ਬੈਠੇ ਹਨ, ਬੜੇ ਵਧੀਆ ਫੰਕਾਰ ਸਾਡੇ ਨਾਲ ਬੈਠੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੈਪੀ ਹੋਲੀ ਜਿੰਨੇ ਵੀ ਦਰਸ਼ਕ ਦੇਖਣ ਵਾਲੇ ਨੇ ਜਿੱਥੇ ਇੱਥੇ ਇਕੱਠੇ ਹੋਏ ਆ, ਸਾਰਿਆਂ ਨੂੰ ਹੈਪੀ ਹੋਲੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਦੀਪ ਜੀ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਇੰਜੋਏ ਕਰੋ ਸਾਰੇ ਹੋਲੀ, ਅਤੇ ਸਾਫ਼ ਸੁਥਰੀ ਅਤੇ ਦਾਰੂ ਤੋਂ ਬਿਨਾਂ ਮਨਾਉਣੀ ਆ ਹੋਲੀ ਆਪਾਂ ਸਾਰਿਆਂ ਨੇ। ਹਾਂ ਜੀ, ਸੋ ਮੇਰੇ ਵੱਲੋਂ ਅਤੇ ਸਾਡੇ ਸਾਰੇ ਗਰੁੱਪ ਵੱਲੋਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਅਤੇ ਹੈਪੀ ਹੋਲੀ ਜੀ, ਤੁਸੀਂ ਵਧੀਆ ਮਨਾਓ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ, ਤੰਦਰੁਸਤੀਆਂ ਬਖਸ਼ੇ ਜੀ। ਠੀਕ ਹੈ ਜੀ, ਜਿਵੇਂ ਇਹਨਾਂ ਨੇ ਵਿਸ਼ ਕਰਤੀ, ਹੁਣ ਇਹਨਾਂ ਤੋਂ ਮੈਂ ਇਹਨਾਂ ਨਾਲ ਸਵਾਲ ਜਵਾਬ ਕਰਾਂਗਾ 1-2 ਮਿੰਟ ਦੇ ਲਈ, ਅਤੇ ਗੱਲਬਾਤ ਕਰਦੇ ਹਾਂ। ਸਰ ਤੁਹਾਡੇ ਆਉਣ ਵਾਲੇ ਟਰੈਕ ਦੱਸੋ, ਜਿਹੜੇ ਤੁਹਾਡੇ ਫੈਨ ਨੇ ਜਿਹੜੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਉਸ ਬਾਰੇ ਤੁਸੀਂ ਦੱਸੋ ਜੀ। ਆਉਣ ਵਾਲਾ ਟਰੈਕ ਨਵਾਂ, ਇੱਕ ਯਾਰੀ, ਯਾਰਾਂ ਦੀ ਯਾਰੀ, ਬਹੁਤ ਹੀ ਜਲਦ ਰਿਲੀਜ਼ ਕਰਨ ਲੱਗੇ ਹਾਂ, ਬਸ ਇਸੇ ਹਫ਼ਤੇ ਕਰ ਲੈਣਗੇ। ਉਸ ਤੋਂ ਪਹਿਲਾਂ ਸੌਂਗ ਆਇਆ ਸੀਗਾ ਫਲੈਟ, ਜੋ ਬਹੁਤ ਜ਼ਿਆਦਾ ਪਸੰਦ ਕੀਤਾ ਸਾਰਿਆਂ ਨੇ, ਪੂਰੇ ਪੰਜਾਬ ਦੇ ਵਿੱਚ ਸਾਰਿਆਂ ਦੇ ਧੰਨਵਾਦੀ ਹਾਂ, ਪੂਰੇ ਜਿਹਨੇ ਯੰਗਸਟਰ ਨੇ, ਜਿਹਨੇ ਸਾਡੇ ਰਹਿਣ ਵਾਲੇ ਸੁਣਨ ਵਾਲੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਪਸੰਦ ਕੀਤਾ ਸੀਗਾ। ਔਰ ਇਸੇ ਤਰ੍ਹਾਂ ਹੀ ਹੁਣ ਨਵੇਂ ਮਿਊਜ਼ਿਕ ਦੇ ਵੀ ਤਿਆਰ ਕਰਕੇ ਲੈ ਕੇ ਆਉਣ ਲੱਗਿਆਂ ਸੀ, ਯਾਰਾਂ ਦੀ ਯਾਰੀ ਗਾਣਾ ਤੋਂ ਥੋੜ੍ਹੀ ਦਿਨਾਂ ਬਾਅਦ ਥੋੜ੍ਹੇ ਸਾਹਮਣੇ ਰੂਬਰੂ ਕਰਾਂਗੇ ਜੀ। ਅਤੇ ਅੱਜ ਤੁਹਾਨੂੰ ਢਿੱਲੋਂ ਫਨ ਆ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਇੱਥੇ ਰੌਣਕ ਦੇਖ ਕੇ? ਬਹੁਤ ਵਧੀਆ ਲੱਗਾ ਜੀ, ਬਹੁਤ ਹੀ ਵਧੀਆ, ਬਹੁਤ ਇੰਜੋਏ ਕਰ ਰਹੇ ਨੇ ਸਾਰੇ ਹੀ, ਬਹੁਤ ਵਧੀਆ ਸੈਲੀਬ੍ਰੇਟ ਕਰ ਰਹੇ ਨੇ, ਅਤੇ ਕੋਈ ਇਸ ਤਰ੍ਹਾਂ ਦਾ ਕੋਈ ਝਗੜੇ ਵਾਲਾ ਰੌਲਾ ਨਹੀਂ, ਸਾਰੇ ਮਿਲ ਜੁਲ ਕੇ ਸਾਰੇ ਹੋਲੀ ਮਨਾ ਰਹੇ ਨੇ, ਬਹੁਤ ਵਧੀਆ ਲੱਗਾ ਜੀ। ਅਤੇ ਨਾਲ ਸਾਰੇ ਤੁਹਾਡੀ ਵੇਟ ਵੀ ਕਰ ਰਹੇ ਹੈ ਜੀ ਜੀ ਜੀ। ਠੀਕ ਹੈ, ਆਓ ਗੱਲਬਾਤ ਕਰਦੇ ਹਾਂ ਕਿ ਦੀਪ ਜੀ ਦੇ ਨਾਲ। ਦੀਪ ਜੀ, ਤੁਹਾਡਾ ਜਿਹੜਾ ਗਾਣਾ ਆਇਆ ਸੀ ਦੋ ਗੁੱਤਾ ਕਰਦੇ ਆ, ਉਹਦੇ ਕਰਕੇ ਤੁਸੀਂ ਚੜ੍ਹਾਈਆਂ ਕਰਕੇ ਜੀ, ਚੜ੍ਹਾਈਆਂ ਕਰਕੇ ਵੀ ਚੜ੍ਹਾਈ ਲਈ, ਉਹ ਚੜ੍ਹਾਈ ਲਈ ਚੜ੍ਹਾਈ ਕਰਕੇ। ਠੀਕ ਹੈ ਜੀ, ਹੁਣ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਦੱਸੋ। ਆਉਣ ਵਾਲੇ ਪ੍ਰੋਜੈਕਟਸ ਆਏ ਆ ਜੀ, ਹੁਣ ਅੱਗੇ ਕੁੜੀਆਂ ਦੀ ਪਸੰਦ ਦਾ ਗਾਣਾ ਆ ਰਿਹਾ, ਹਰ ਵਾਰੀ ਮੈਨੂੰ ਇਹੀ ਮੈਸੇਜ ਆਉਂਦੇ ਨੇ ਕਿ ਕੁਛ ਕੁੜੀਆਂ ਲਈ ਵਧੀਆ ਹੋਣਾ ਚਾਹੀਦਾ, ਕੁੜੀਆਂ ਲਈ ਤੁਸੀਂ ਗਾਉਂਦੇ ਨਹੀਂ, ਹਮੇਸ਼ਾ ਮੁੰਡਿਆਂ ਲਈ ਗਾਉਂਦੇ ਹੋ। ਸੋ ਹੁਣ ਕੁੜੀਆਂ ਦੇ ਦੋ ਟਰੈਕ ਸੋਲੋ ਗਾਣੇ ਆ ਰਹੇ ਮੇਰੇ, ਇੱਕ ਤਾਂ ਮਿਊਜ਼ਿਕ ਰੈਂਡੀ ਜੀ ਦਾ, ਅਤੇ ਦੂਜਾ ਟਰੈਕ ਆਪਣਾ ਵਿੱਕੀ ਧਾਲੀਵਾਲ ਦੇ ਰਿਹਾ। ਇਹਨੂੰ ਰਿਕੁਐਸਟ ਕਰਨੀ ਇਹਨੇ ਕਦੋਂ ਦੇਣਾ, ਹੁਣ ਪੂਰਾ ਨਹੀਂ ਕਰਕੇ ਦਿੰਦੇ ਪਏ। ਸੋ ਇਹੀ ਹੈ ਜੀ ਆਪਣਾ, ਹੁਣ ਅੱਗੇ ਵਧੀਆ ਕੁੜੀਆਂ ਲਈ ਆਉਣੇ ਗਾਣੇ ਤਾਂ, ਅਤੇ ਫਿਰ ਉਦੋਂ ਬਾਅਦ ਇੱਕ ਡਿਊਟ ਸੌਂਗ ਆ ਰਿਹਾ। ਅੱਛਾ, ਨਵੰਬਰ 'ਚ ਮਤਲਬ ਕਾਫੀ ਇਹਨਾਂ ਨੂੰ ਰਿਕੁਐਸਟ ਜਿਹੜੀ ਆ ਰਹੀ ਹੈ ਉਹ ਕੁੜੀਆਂ ਦੀ ਆ ਰਹੀ ਹੈ, 16 ਸਾਲ ਦਾ ਮੁੰਡਾ, ਇਸੇ ਮੁੰਡਾ ਫਿਰ ਕੁੜੀਆਂ ਵਰਗਾ। ਅਤੇ ਇੱਕ ਹੋਰ ਵੀ ਦੱਸੀਆ, ਵਿੱਕੀ ਧਾਲੀਵਾਲ ਜੀ ਤਾਂ ਗਾਣਾ ਲਿਖਣ ਨੂੰ ਐਗਰੀ ਹੋਏ ਕਿਉਂਕਿ ਰਿਕੁਐਸਟ ਵੀ ਕੁੜੀਆਂ ਕਰ ਰਹੀਆਂ ਨੇ। ਠੀਕ ਹੈ, ਜਿਹਨਾਂ ਦਾ ਗਾਣਾ ਵਿੱਕੀ ਜੀ ਦਾ ਗਾਣਾ ਲਿਖਿਆ ਜਿਹੜਾ ਗਾ ਲੈਂਦਾ, ਬਸ ਉਹ ਫਿਰ ਤੁਹਾਨੂੰ ਪਤਾ ਅੰਬਰਾ ਅਤੇ ਅਕਾਲ ਜਿਹੜਾ ਹੈ ਬਾਬੇ, ਉਹ ਬੜੀ ਚੜ੍ਹਾਈ ਹੁੰਦੀ ਹੈ ਜੀ। ਵਿੱਕੀ ਜੀ ਤੁਸੀਂ ਦੱਸੋ, ਹੁਣ ਜਿਹੜਾ ਤੁਸੀਂ ਗਾਣਾ ਲਿਖਦੇ ਹੋ, ਕੀ ਸੋਚ ਤੁਹਾਡੇ ਦਿਮਾਗ 'ਚ, ਕੀ ਹੋਈ ਚੀਜ਼ ਹੈਗੀ ਹੈ ਦੱਸੋ ਸਾਨੂੰ? ਮੈਂ ਦੇਖੋ ਜੀ, ਕੋਈ ਨਹੀਂ 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 ਮੇਰੀ ਕੋਈ ਗੱਲ ਨਹੀਂ, ਮੈਂ ਕਦੇ ਵੀ ਨਾ ਲਿਖਦਾ, ਦਿਲ ਤੋਂ ਲਿਖਦਾ, ਦਿਮਾਗ ਤੋਂ ਨਹੀਂ ਸੋਚਿਆ ਜੀ ਕਦੇ। ਸੋ ਬਾਈ ਗੁਰਨਾਮ ਭੁੱਲਣਾ ਬਹੁਤ ਪਿਆਰ ਤਾਂ ਰੱਖ ਲਈ, ਪਿਆਰ ਨਾਲ ਜੇ ਮਰਜ਼ੀ ਬਾਈ ਗੁਰਜਿਆ ਜੀ, ਅਸੀਂ ਨਹਿਰਾਂ ਪਿੱਛੇ ਗੱਡੀਆਂ ਤੋੜਦੇ ਬਾਈ, ਦਿਲਪ੍ਰੀਤ ਥਾਰ 'ਤੇ ਬਰਾਤ। ਸੋ ਇਹਨੇ ਫਿਊਚਰ ਵੀ ਟਰੈਕ ਤਿਆਰ ਨੇ ਬਾਈ ਦਿਲਪ੍ਰੀਤ ਸਿਓ, ਬਾਈ ਨੰਝਾ, ਬਾਈ ਜਸਵਾਜਾ, ਬੋਹੀਮੀਆ ਸਾਹਿਬ, ਬਾਈ ਗੇਪੀ, ਬਾਈ ਸਾਡਾ ਦੀਪ ਸਿਓ, ਅਤੇ ਬਾਈ ਸਾਡਾ ਆਰ ਵੀ ਸਾਹਿਬ ਵੱਡਾ ਬਾਈ ਮਨਕਿਰਤ, ਬਾਈ ਸੋਰਾ ਬਸੋ ਖਰਕੇ, ਵਨ ਵਨ ਟਰੈਕ ਤਿਆਰ ਨੇ ਜੀ। ਸੋ ਇੰਨੀ ਪਿਆਰ ਦਿੰਦੇ ਰਹੋ ਜੀ, ਅਤੇ ਮੈਂ ਕਮਲਾ ਜਿਹਾ ਮੁੰਡਾ ਲਿਖਦਾ ਰਹਾਂ ਜੀ, ਬਸ ਹੈ ਨਾ, ਪਿਆਰ ਦਾ ਹੀ ਭੁੱਖਾ ਵੀਰ, ਪਿਆਰ ਦਿੰਦੇ। ਜਿਹੜੇ ਆਪਣੇ ਆਪ ਨੂੰ ਕਮਲਾ ਕਹਿੰਦੇ ਨੇ, ਉਹਨੇ ਦੁਨੀਆ ਕਮਲੀ ਕੀਤੀ ਹੋਈ ਹੈ ਜੀ। ਤੁਹਾਡੀ ਕਿਰਪਾ ਜੀ, ਤੁਹਾਡੇ ਯਾਰਾਂ ਦੀ ਸਪੋਰਟਾਂ ਨੇ, ਮਾਲਕ ਦੀ ਓਟ ਆ, ਯਾਰਾਂ ਦੀ ਸਪੋਰਟ ਆ, ਤਾਂ ਹੀ ਕੰਮ ਲੋਟ ਆ। ਇਹ ਤੁਹਾਡੇ ਵਰਗੇ ਸਭ ਭੈਣ ਭਰਾਵਾਂ ਦੀ ਅਤੇ ਯਾਰਾਂ ਦੀਆਂ ਸਪੋਰਟਾਂ ਨੂੰ ਝਲਾ ਕੇ ਉੱਠਦੇ ਫਿਰਦੇ ਆ ਜੀ।